ਤਸਵੀਰ ਦੇਖ ਲਵੋ ਕਿ ਇਹ ਜੋ ਮਸ਼ੀਨ ਹੈ ਇਹ ਸਰਦਾਈ ਬਣਾਉਂਦੀ ਆ ਪਹਿਲਾਂ ਫੌਜਾਂ ਬਣਾਉਂਦੀਆਂ ਸਨ ਹੁਣ ਮਸ਼ੀਨ ਨੇ ਫੌਜਾਂ ਨੇ ਮਸ਼ੀਨ ਤਿਆਰ ਕਰ ਲਈ ਇਹ ਚੀਜ਼ ਜਿਹੜੀ ਤਿਆਰ ਹੋਈ ਆ ਨਾ ਇਹ ਸਾਨੂੰ ਕਈ ਚੀਜ਼ਾਂ ਦੇ ਵਿੱਚ ਸੁਖ ਦੇएगी ਫਰਕ ਕੀ ਆ ਜਿਹੜੀ ਹੱਥ ਨਾਲ ਰਗੜਦਾ ਔਰ ਇਹ ਮਸ਼ੀਨ ਨਾਲ ਰਗੜਦਾ ਹੱਥ ਦੇ ਰਗਣ ਨਾਲ ਤੇ ਇਹਦੇ ਨਾਲ ਰਗੜਨਾ ਕੋਈ ਫਰਕ ਨਹੀਂਗਾ ਜੋ ਸਿਰ ਬੰਦੇ ਰਗੜਦੇ ਨੇ ਇਹ ਮਸ਼ੀਨ ਰਗੜੀ ਜਾਂਦੀ ਆ ਰਗੜਾ ਤਸਵੀਰ ਦਾ ਕੋਈ ਫਰਕ ਤਸਵੀਰ ਦਾ ਕੋਈ ਫਰਕ ਨਹੀਂ ਪੈਂਦਾ ਇਹਦੀ ਸੋ ਗਾੜੀ ਬੰਦੀ ਆ ਗੁਰੂ ਦੀਆਂ ਲਾਡਲੀਆਂ ਫੌਜਾਂ ਪਹਿਲਾਂ ਰਗੜਾ ਲਾਉਣ ਲਈ ਕਈ ਕਈ ਘੰਟੇ ਮੁਸ਼ਕਤ ਕਰਦੀਆਂ ਸਨ ਔਰ ਕਈ ਸੈਂਕੜੇ ਫੌਜਾਂ ਵਾਸਤੇ ਜਾਂ ਆਮ ਲੋਕਾਂ ਵਾਸਤੇ ਠੰਡੀ ਮਿੱਠੀ ਸ਼ਰਦਾਈ ਬਣਾਉਂਦੀਆਂ ਸਨ ਜਿਹੜੀ ਤਾਕਤਵਰ ਹੈ ਸ਼ੇਰਾਂ ਦੀ ਖਰਾਕ ਹੈ ਫੌਜਾਂ ਦੀ ਖਰਾਕ ਹੈ ਪਰ ਹੁਣ ਨਿਹੰਗ ਸਿੰਘ ਫੌਜ ਨੇ ਵੀ ਜਿਹੜੀ ਹੈ ਅਯੋਕੇ ਯੁੱਗ ਦੇ ਨਾਲ ਰਲ ਗਈ ਤਸਵੀਰ ਦੇਖ ਲਵੋ ਕਿ ਇਹ ਜੋ ਮਸ਼ੀਨ ਹੈ ਇਹ ਸਰਦਾਈ ਬਣਾਉਂਦੀ ਆ ਪਹਿਲਾਂ ਫੌਜਾਂ ਬਣਾਉਂਦੀਆਂ ਸਨ ਹੁਣ ਮਸ਼ੀਨ ਨੇ ਫੌਜਾਂ ਨੇ ਮਸ਼ੀਨ ਤਿਆਰ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਪਹਿਲਾਂ ਤੇ ਆਪ ਖੱਥੀ ਮਿਹਨਤ ਕਰਨੀ ਕਿਹੜੀ ਟੈਕਨੀਕ ਅਪਣਾਈ ਕਿ ਫੌਜਾਂ ਨੇ ਵੀ ਹੁਣ ਮਸ਼ੀਨ ਤਿਆਰ ਕਰਤੀ ਆਪ ਹੀ ਵਾਹਿਗੁਰੂ ਜੀ ਬੇਨਤੀ ਆ ਵੀ ਇਹ ਚੀਜ਼ ਜਿਹੜੀ ਤਿਆਰ ਹੋਈ ਆ ਨਾ ਇਹ ਸਾਨੂੰ ਕਈ ਚੀਜ਼ਾਂ ਦੇ ਵਿੱਚ ਸੁੱਖ ਦੇएगी ਆਪਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਉਥੇ ਕੋਲਡ ਡਰਿੰਕ ਪਿਆਈ ਜਾਂਦੇ ਆ ਚੰਗੇ ਭਲੇ ਮੱਲੇ ਕੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਆਵਾਜ਼ਾਂ ਮਾਰਦੇ ਪਏ ਆ ਇਸ ਕਰਕੇ ਇਹ ਜਿਹੜੀ ਮਸ਼ੀਨ ਹੈ ਇਹ ਕੋਈ ਵੀ ਮੇਰਾ ਵੀਰ ਭਰਾ ਕਿਤੇ ਖੜ ਕੇ ਕੋ 2-4 ਕਿਲੋ ਰਸ ਰਗੜ ਕੇ ਤੇ ਮਾਰਾ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਖੁੱਲਾ ਸਰਦਾਈ ਪਿਆ ਸਕਦਾ ਹੈ ਇਹਦੇ ਵਿੱਚ ਮਸ਼ੀਨ ਬਣਾਉਣ ਦਾ ਕਾਰਨ ਹੀ ਇਹ ਆ ਵੀ ਲੋਕਾਂ ਨੂੰ ਇਹ ਚੀਜ਼ ਸ਼ਗਨੀ ਚਾਹੀਦੀ ਆ ਇਹ ਮੱਲੇ ਕੀ ਲੋਕੀ ਰਗੜ ਖੁਣੋ ਨਹੀਂ ਸ਼ਗਨਦੇ ਇਹਦੇ ਵਿੱਚ ਜੇ ਰਗੜਾ ਲਾਉਂਦਿਆਂ ਲਾਉਂਦਿਆਂ ਵੀ ਘੰਟੇ ਡੇਢ ਘੰਟਾ ਲੱਗ ਜਾਂਦਾ ਸਮਾਨ ਇਕੱਠਾ ਕਰਦਿਆਂ ਕਰਦਿਆਂ ਵਿਆਹ ਵਾਲਾ ਹਾਲ ਹੋ ਜਾਂਦਾ ਜਿੱਦਾਂ ਲਾਉਂਦੇ ਨੇ ਫੌਜਾ ਵਿੱਚ ਪਾਇਆ ਕੀ ਕੀ ਜਾਂਦਾ ਜੀ ਇਹਦੇ ਵਿੱਚ ਪਾਇਆ ਜਾਂਦਾ ਜੀ ਬਦਾਮਾਂ ਦੀਆਂ ਗਿਰੀਆਂ ਖਸਖਾਸ ਪਾਈ ਜਾਂਦੀ ਜੀ ਮਗਜ ਪਾਏ ਜਾਂਦੇ ਨੇ ਹਰੀਆਂ ਲਾਚੀਆਂ ਪਾਈਆਂ ਜਾਂਦੀਆਂ ਨੇ ਮੱਲੇ ਕੀ ਕਾਲੀਆਂ ਮਿਰਚਾਂ ਪਾਈਆਂ ਜਾਂਦੀਆਂ ਨੇ ਕਿੰਨਾ ਸਮਾਂ ਲੱਗ ਜਾਂਦਾ ਇੱਕ ਰਗੜਾ ਤਿਆਰ ਕਰਨ ਨੂੰ ਇਹਨੂੰ ਅੱਧਾ ਘੰਟਾ ਲੱਗਦਾ ਜੇ ਇਹ ਫਿਰ ਫਰਕ ਕੀ ਆ ਜਿਹੜੀ ਹੱਥ ਨਾਲ ਰਗੜਦਾ ਔਰ ਇਹ ਮਸ਼ੀਨ ਨਾਲ ਰਗੜਦਾ ਹੱਥ ਦੇ ਰਗਣ ਨਾਲ ਤੇ ਇਹਦੇ ਨਾਲ ਰਗੜਨਾ ਕੋਈ ਫਰਕ ਨਹੀਂਗਾ ਤੇ ਉਹ ਸਿਰ ਬੰਦੇ ਰਗੜਦੇ ਨੇ ਇਹ ਮਸ਼ੀਨ ਰਗੜੀ ਜਾਂਦੀ ਆ ਰਗੜਾ ਤਸਵੀਰ ਦਾ ਕੋਈ ਫਰਕ ਤਸਵੀਰ ਦਾ ਕੋਈ ਫਰਕ ਨਹੀਂ ਪੈਂਦਾ ਇਹਦੀ ਸੋ ਗਾੜੀ ਬੰਦੀ ਆ ਇਹ ਜ਼ਿਆਦਾ ਲੱਗਦਾ ਇਹ ਜਿਹੜਾ ਕੁੰਡਾ ਵਾ ਇਹ ਕਾਦਾ ਵਾ ਇਹ ਪੱਥਰ ਦਾ ਕੁੰਡਾ ਜੇ ਹਾਂਜੀ ਹਾਂਜੀ ਪੱਥਰ ਦਾ ਕੁੰਡਾ ਜੇ ਬਾਹਰ ਲੋਹੇ ਦੀ ਬਾਲਟੀ ਜੀ ਬਣਾ ਕੇ ਲਾਈ ਆ ਆਈਡੀਆ ਕਿੱਥੋਂ ਆਇਆ ਡਰੈਗ ਕਿੱਥੋਂ ਆਈ ਇਹ ਡਰੈਗ ਆਪਣੇ ਅੰਦਰੋਂ ਹੀ ਆਈ ਆ ਜੀ ਤੇ ਮੜ ਕੇ ਉਦੋਂ ਬਾਅਦ ਇਹ ਆਪੇ ਤਿਆਰ ਕਰਦੀ ਆ ਹੁਣ ਮੋਟਰ-ਮੋਟਰ ਲਾਈ ਆ ਸਾਰਾ ਕੁਝ ਫਿਰ ਮੁੜ ਕੇ ਵਾਟੋ ਕਰਕੇ ਜਿੱਦਾਂ ਵੀ ਬੋਰਾ ਸਜਣਾ ਨੇ ਵੀ ਸਾਥ ਦਿੱਤਾ ਕਈਆਂ ਨੂੰ ਪੁਛ ਕੇ ਇਸ ਕਰ ਵੀ ਖਰਾਦ ਦਾ ਕੰਮ ਵੀ ਕਰਾਇਆ ਹੋਰ ਕਈ ਕੰਮ ਕਰਾਉਣੇ ਪਏ ਨੇ ਫਿਰ ਜਾ ਕੇ ਮਸ਼ੀਨ ਬਣੀ ਆ ਜੀ ਮਸ਼ੀਨ ਦੇਖ ਲਵੋ ਕਿ ਰਗੜਾ ਤਿਆਰ ਹੋ ਗਿਆ ਇੱਥੇ ਕੁਝ ਲੋਕ ਜਿਹੜੇ ਆ ਪੀ ਨਾਲ ਕੀ ਨਾਮ ਹੈ ਮੇਰਾ ਤਸੀਮ ਕਮਾਲ ਤਸੀਮ ਜੀ ਸਰਦਾਈ ਫਿਰ ਕਿਦਾਂ ਦੀ ਲੱਗੀ ਸਰਦਾਈ ਬਹੁਤ ਵਧੀਆ ਜੀ ਕੋਲ ਡ੍ਰਿੰਕ ਨਾਲ ਤੇ ਬਹੁਤ ਵਧੀਆ ਜੀ ਕਿੰਨੀ ਕਿ ਤਾਕਤ ਬਹੁਤ ਜ਼ਿਆਦਾ ਤਾਕਤ ਸਰ ਜੀ ਤੁਸੀਂ ਆਪ ਹੀ ਜਾਣੋ ਜੀ ਸਰਦਾਈ ਵਿੱਚ ਖਸਕਾੜ ਪਾਈ ਆ ਜੀ ਗਿਰੀਆਂ ਪਾਈਆਂ ਕਾਲੀਆਂ ਮਿਰਚੀਆਂ ਪਾਈਆਂ ਜੀ ਕਾਜੂ ਪਾਇਆ ਜੀ ਆਪਣੇ ਹਰੀਆਂ ਇਲਾਚੀਆਂ ਪਾਈਆਂ ਜੀ ਤੇ ਬਹੁਤ ਵਧੀਆ ਮਗਜਮੂਜ ਪਾ ਕੇ ਬਣਾਈਏ ਠੰਡੀ ਆ ਜੀ એનર્ਜੀ ਡ੍ਰਿੰਕ ਨਾਲੋਂ ਕਹਿੰਦੇ ਕਿ ਬਹੁਤ ਤਾਕਤਵਰ ਔਰ ਅਜੋਕੇ ਯੁੱਗ ਦੇ ਵਿੱਚ ਨਿਹੰਗ ਸਿੰਘ ਫੌਜਾਂ ਨੇ ਤਿਆਰ ਕਰ ਲਈ ਸਰਦਾਈ ਬਣਾਉਣ ਵਾਲੀ ਮਸ਼ੀਨ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰ ਲਈ ਨਿਤਨੂਥਰਾ ਬਟਾਲਾ